ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਅਤੇ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਬਹੁਤ ਹੀ ਅਨਮੁੱਲੀ ਚੀਜ਼ ਲੈ ਕੇ ਆਏ ਹਾਂ ਜੀ, ਜੋ ਕਿ ਆਪਾਂ ਤੁਹਾਨੂੰ ਤਿਆਰ ਕਰਨੀ ਸਿਖਾਉਂਦੇ ਹਾਂ। ਉਹ ਕੀ ਹੈ ਜੀ? ਉਹ ਹੈ ਜੀ ਪ੍ਰੋਟੀਨ ਪਾਊਡਰ। ਆਪਾਂ ਘਰ ਦੇ ਵਿੱਚ ਕਿਵੇਂ ਤਿਆਰ ਕਰਨਾ, ਜਿਹੜਾ ਕਿ ਬਹੁਤ ਹੀ ਤਾਕਤਵਰ ਹੁੰਦਾ, ਆਪਣੇ ਸਰੀਰ ਨੂੰ ਸੈੱਟ ਰੱਖਦਾ ਜੀ, ਵਾਲਾਂ ਨੂੰ ਆਪਣਿਆਂ ਨੂੰ ਵਧੀਆ ਬਣਾ ਕੇ ਰੱਖਦਾ ਜੀ, ਸਰੀਰ ਨੂੰ ਆਪਣੇ ਨੂੰ ਤੰਦਰੁਸਤ ਰੱਖਦਾ, ਨੌਹਾਂ ਨੂੰ ਆਪਣਿਆਂ ਨੂੰ ਵਧੀਆ ਰੱਖਦਾ। ਅਤੇ ਆਪਾਂ ਤੁਹਾਨੂੰ ਘਰੇ ਤਿਆਰ ਕਰਨਾ ਦਿਖਾਉਂਦੇ ਹਾਂ ਜੀ। ਆਪਾਂ ਇੱਕ ਲੈ ਲਿਆ ਵੱਡਾ ਚਮਚਾ ਬਦਾਮਾਂ ਦਾ, ਵੱਡਾ ਚਮਚਾ, ਇੱਕ ਚਮਚਾ ਮਿਲ ਲਓ ਜੀ, ਕੋਈ ਭਾਂਡਾ ਮਿਲ ਲਓ ਤੁਸੀਂ, ਉਸ ਦੇ ਅਕੋਰਡਿੰਗ ਹੀ ਆਪਾਂ ਡਰਾਈ ਫਰੂਟ ਹੈ ਜਿਹੜੇ ਉਹ ਵਿੱਚ ਪਾਉਣੇ ਹੈ ਜੀ। ਇਹਨਾਂ ਦਾ ਸਾਰਿਆਂ ਦਾ ਅੱਡੋ ਅੱਡ ਆਪੋ ਆਪਣਾ ਕੰਮ ਹੈ ਜੀ, ਸਾਰੇ ਡਰਾਈ ਫਰੂਟਾਂ ਦਾ। ਦਿਮਾਗ ਇਹਦੇ ਨਾਲ ਸਵਸਥ ਰਹਿੰਦਾ ਜੀ, ਫੈਟ ਇਹਦੇ ਨਾਲ ਘਟਿਆ ਰਹਿੰਦਾ, ਜੋੜਾਂ ਦਾ ਦਰਦ ਨਹੀਂ ਹੁੰਦਾ ਜੀ, ਜੋੜ ਇਹਦੇ ਨਾਲ ਤੰਦਰੁਸਤ ਰਹਿੰਦੇ ਨੇ, ਮਜ਼ਬੂਤ ਰਹਿੰਦੇ ਨੇ। ਪ੍ਰੋਟੀਨ ਪਾਊਡਰ, ਬੱਚੇ ਜਿੰਮ ਜਾਂਦੇ ਨੇ ਉਹ ਵੀ ਪ੍ਰੋਟੀਨ ਪਾਊਡਰ ਯੂਜ ਕਰਦੇ ਆ ਜੀ, ਵਰਤਦੇ ਆ, ਖਾਂਦੇ ਪੀਂਦੇ ਨੇ ਜੀ, ਅਤੇ ਬਹੁਤ ਫਾਇਦਾ ਹੁੰਦਾ। ਆਹ ਲਓ ਜੀ, ਆਪਾਂ ਇੱਕ ਚਮਚਾ ਵੱਡਾ ਹੁਣ ਭਰ ਕੇ ਕਾਜੂਆਂ ਦਾ ਪਾ ਲਿਆ ਜੀ। ਆਹ ਲਓ ਤੁਸੀਂ, ਹੁਣ ਇਹ ਆਪਾਂ ਕਰ ਲਏ ਜੀ, ਕਾਜੂ ਡਰਾਈ ਰੋਸਟ ਕਰ ਲੈਣੇ ਨੇ। ਸਾਰਾ ਕੁਛ ਪਾਉਣਾ ਜੀ ਆਪਾਂ ਇਹਦੇ ਵਿੱਚ। ਤੁਸੀਂ ਇਹ ਸਮਾਨ ਸਾਰਾ ਲਿਖ ਲਓ, ਲਿਖ ਕੇ ਕਾਪੀ ਪੈੱਨ ਦੇ ਵਿੱਚ, ਜਾਂ ਤੁਸੀਂ ਵੀਡੀਓ ਨੂੰ ਸੇਵ ਕਰਕੇ ਰੱਖ ਲਿਆ ਕਰੋ। ਜਦੋਂ ਵੀ ਤੁਸੀਂ ਬਣਾਉਣਾ ਅਤੇ ਇਹਨੂੰ ਦੇਖੋ ਵੀਡੀਓ ਨੂੰ, ਅਤੇ ਤੁਸੀਂ ਉਸੇ ਤਰ੍ਹਾਂ ਤਿਆਰ ਕਰੋ ਜੀ। ਘਰੇ ਤਿਆਰ ਹੋ ਜਾਂਦਾ ਵਧੀਆ, ਬਹੁਤ ਵਧੀਆ ਤਿਆਰ ਹੁੰਦਾ ਜੀ। ਆਪਾਂ ਇੰਨੇ ਮਹਿੰਗੇ ਮਹਿੰਗੇ ਪ੍ਰੋਟੀਨ ਪਾਊਡਰ ਲੈ ਕੇ ਆਉਂਦੇ ਹਾਂ, ਇੰਨੇ ਮਹਿੰਗੇ ਮਹਿੰਗੇ, ਨਾਲੇ ਉਹਨਾਂ ਦਾ ਇਹ ਨਹੀਂ ਪਤਾ ਵੀ ਉਹਨਾਂ ਦੇ ਵਿੱਚ ਕੀ ਹੁੰਦਾ ਕੈਮੀਕਲ ਵਗੈਰਾ, ਜਿਹੜਾ ਕਿ ਆਪਣੇ ਸਿੱਧਾ ਕਿਡਨੀਆਂ 'ਤੇ ਅਸਰ ਪਾਉਂਦਾ ਹੈਗਾ। ਸਟੀਰਾਇਡ ਹੁੰਦਾ ਜੀ ਇਹਨਾਂ ਦੇ ਵਿੱਚ, ਦੇ ਦਿੰਦੇ ਨੇ ਅਤੇ ਕਿਡਨੀ 'ਤੇ ਅਸਰ ਪਾਉਂਦਾ। ਆਹ ਦੇਖੋ ਜੀ, ਤੁਸੀਂ ਅਖਰੋਟ ਲੈ ਲਿਆ, ਆਪਾਂ ਓਡਾ ਹੀ ਇਹ ਇੱਕ ਚਮਚਾ ਭਰ ਕੇ ਇਹਦਾ ਲਿਆ ਜੀ, ਵੱਡਾ ਚਮਚਾ, ਜਾਣੀ ਕਿ ਤੁਸੀਂ ਮੁੱਠੀ ਦੇ ਹਿਸਾਬ ਨਾਲ ਵੀ ਪਾ ਸਕਦੇ ਹੋ, ਵੀ ਇੱਕ ਇੱਕ ਮੁੱਠੀ ਸਾਰੇ ਡਰਾਈ ਫਰੂਟਾਂ ਦੀ ਆਪਾਂ ਪਾਉਣੀ ਹੈਗੀ ਹੈ ਜੀ। ਆਹ ਲਓ ਜੀ, ਪੰਪਕਿਨ ਸੀਡ ਲੈ ਲਿਆ ਆਪਾਂ, ਤੁਸੀਂ ਇਹਨਾਂ ਨੂੰ ਵੀ ਆਪਾਂ ਕਰ ਲੈਣਾ ਹੈਗਾ ਜੀ। ਅਗਰ ਤੁਸੀਂ ਡੇਲੀ ਇੱਕ ਚਮਚ, ਤੁਸੀਂ ਡੇਲੀ ਇਹ ਮਤਲਬ ਕਿ ਦੁੱਧ ਦੇ ਵਿੱਚ ਘੋਲ ਕੇ ਪੀਂਦੇ ਹੋ, ਕਦੇ ਤੁਹਾਡੇ ਵਾਲ ਨਹੀਂ ਖਰਾਬ ਹੁੰਦੇ ਜੀ, ਕਦੇ ਨੋਹ ਨਹੀਂ ਖਰਾਬ ਹੁੰਦੇ, ਕਦੇ ਸਕਿਨ ਨਹੀਂ ਖਰਾਬ ਹੁੰਦੀ ਜੀ, ਕਦੇ ਮੋਟਾਪਾ ਨਹੀਂ ਆਉਂਦਾ ਹੈਗਾ, ਮੋਟਾਪੇ ਨੂੰ ਕੰਟਰੋਲ ਕਰਦਾ ਜੀ ਪ੍ਰੋਟੀਨ ਜ਼ਿਆਦੇ। ਆਹ ਦੇਖੋ ਸੀਡਸ ਹੈਗੇ ਨੇ ਜੀ, ਇਹ ਮਗਜ਼ ਇਹ ਵੀ ਵਿੱਚ ਪਾ ਲਏ ਜੀ ਆਪਾਂ, ਸਾਰੀਆਂ ਭੰਤੀਆਂ ਚੀਜ਼ਾਂ ਇਹਦੇ ਵਿੱਚ ਪਾ ਲੈਣੀਆਂ ਜੀ। ਅਤੇ ਇਹਨੂੰ ਆਪਾਂ ਕਿਵੇਂ ਤਿਆਰ ਕਰਨਾ, ਇਹ ਤੁਸੀਂ ਦੇਖਦੇ ਰਹੋ, ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ, ਨਹੀਂ ਤਾਂ ਫਿਰ ਕਈ ਚੀਜ਼ਾਂ ਸਮਝ ਆਉਂਦੀਆਂ, ਕਈ ਨਹੀਂ ਆਉਂਦੀਆਂ ਜੀ। ਠੀਕ ਹੈ ਜੀ, ਆਹ ਸਾਰੀਆਂ ਚੀਜ਼ਾਂ ਪਾ ਲਈਆਂ ਆਪਾਂ, ਮੂੰਗਫਲੀ ਵੀ ਵਿੱਚ ਪਾ ਲੈਣੀ ਹੈ ਜੀ, ਇਹਦੇ ਪਿਸਤੇ ਵੀ ਪਾ ਲੈਣੇ ਹੈਗੇ ਜੀ, ਇੱਕ ਚਮਚਾ ਭਰ ਕੇ ਆਪਾਂ ਪਿਸਤਿਆਂ ਦਾ ਪਾਤਾ, ਸਾਰੇ ਦੇ ਸਾਰੇ ਤੁਸੀਂ ਲੈ ਕੇ ਆਓ ਜੀ। ਥੋੜ੍ਹੀਆਂ ਥੋੜ੍ਹੀਆਂ ਚੀਜ਼ਾਂ ਸਾਰੀਆਂ ਪਾਓ, ਘਰੇ ਤੁਸੀਂ ਤਿਆਰ ਕਰੋ, ਮਹਿੰਗੇ ਮਹਿੰਗੇ ਪ੍ਰੋਟੀਨਾਂ ਤੋਂ ਬਚੋ ਜੀ ਤੁਸੀਂ, ਕਿਉਂਕਿ ਪ੍ਰੋਟੀਨ ਤਾਂ ਹਰੇਕ ਨੂੰ ਜ਼ਰੂਰਤ ਹੁੰਦੀ ਹੈ ਇਹਦੀ, ਤਾਂ ਇਹਨੂੰ ਆਪਾਂ ਨੂੰ ਸਰੀਰ ਵਾਸਤੇ ਚਾਹੀਦਾ ਹੀ ਚਾਹੀਦਾ। ਅਗਰ ਆਪਾਂ ਘਰੇ ਬਣਾ ਲਾਂਗੇ ਥੋੜ੍ਹਾ ਜਿਹਾ ਆਪਾਂ ਨੂੰ ਸਸਤਾ ਪੈ ਜੂਗਾ, ਨਾਲੇ ਤਾਂ ਨਾਲੇ ਓਰਿਜਨਲ ਚੀਜ਼ ਬਣੂਗੀ। ਠੀਕ ਹੈ ਜੀ, ਆਹ ਦੇਖੋ ਜੀ ਤੁਸੀਂ, ਆਪਾਂ ਹੁਣ ਇਹਦੇ ਵਿੱਚ ਮਤਲਬ ਪਿਸਤੇ ਵੀ ਆਪਾਂ ਥੋੜ੍ਹੇ ਜਿਹੇ ਇਹਨਾਂ ਨੂੰ ਭੁੰਨ ਲਿਆ ਹੈ ਨਾ, ਹੁਣ ਆਪਾਂ ਮੂੰਗਫਲੀ ਪਾ ਲੈਣੀ ਹੈ ਜੀ। ਮੂੰਗਫਲੀ ਵੀ ਆਪਾਂ ਉੱਨੀ ਪਾਉਣੀ ਹੈ, ਮੂੰਗਫਲੀ ਜਿਹਦੇ ਵਿੱਚ 100% ਪ੍ਰੋਟੀਨ ਹੁੰਦਾ ਜੀ, ਬਹੁਤ ਪ੍ਰੋਟੀਨ ਹੁੰਦਾ ਇਹਦੇ ਵਿੱਚ ਮੂੰਗਫਲੀ ਦੇ ਵਿੱਚ। ਆਹ ਲਓ ਜੀ, ਆਪਾਂ ਇਹਨੂੰ ਵੀ ਥੋੜ੍ਹਾ ਜਿਹਾ ਡਰਾਈ ਰੋਸਟ ਕਰ ਲਿਆ, ਅਤੇ ਆਹ ਦੇਖੋ ਤੁਸੀਂ, ਆਹ ਆਪਾਂ ਪਾ ਲਿਆ ਜੀ ਇਹਦੇ ਵਿੱਚ ਡੋਂਗੇ ਦੇ ਵਿੱਚ ਇਹਨੂੰ। ਠੀਕ ਹੈ ਜੀ, ਇਹ ਸਾਰੀਆਂ ਚੀਜ਼ਾਂ ਆਪਾਂ ਇਕੱਠੀਆਂ ਕਰ ਲਈਆਂ। ਹੁਣ ਆਪਾਂ ਨੇ ਕੀ ਪਾਉਣਾ ਜੀ, ਉਹ ਵੀ ਆਪਾਂ ਤੁਹਾਨੂੰ ਦਿਖਾਉਂਦੇ ਹਾਂ। ਆਪਾਂ ਲੈਣੀ ਹੈ ਜੀ ਹੁਣ ਅਲਸੀ, ਇੱਕ ਚਮਚਾ ਆਪਾਂ ਅਲਸੀ ਦਾ ਲੈਣਾ, ਜਿਹੜੀ ਕਿ ਅਮੇਗਾ 3 ਹੁੰਦੀ ਹੈ ਜੀ, ਆਪਣੇ ਸਰੀਰ ਨੂੰ, ਆਪਣੇ ਲਿਗਾਮੈਂਟ ਸਹੀ ਰੱਖਦੀ ਹੈ ਜੀ, ਅਤੇ ਬੋਡੀ ਨੂੰ ਆਪਣੀ ਨੂੰ ਚਮਕ ਦਮਕ ਬਣਾ ਕੇ ਰੱਖਦੀ ਹੈ। ਅਤੇ ਇੱਕ ਪਾ ਲਿਆ ਜੀ ਚਮਚਾ ਆਪਾਂ ਚੀਆ ਸੀਡ ਦਾ, ਜਿਹੜਾ ਕਿ ਫਾਈਬਰ ਇਹਦੇ ਵਿੱਚ ਭਰਪੂਰ ਮਾਤਰਾ 'ਚ ਹੁੰਦਾ, ਮੋਟਾਪਾ ਘਟਾਉਣ ਦੇ ਵਿੱਚ ਬਹੁਤ ਹੀ ਇਹਦਾ ਯੋਗਦਾਨ ਹੁੰਦਾ ਜੀ। ਅਲਸੀ ਦਾ ਅਤੇ ਚੀਆ ਸੀਡ ਦਾ ਬਹੁਤ ਯੋਗਦਾਨ ਹੁੰਦਾ ਜੀ ਮੋਟਾਪਾ ਘਟਾਉਣ ਦੇ ਵਿੱਚ।
ਠੀਕ ਹੈ ਜੀ। ਆਪਾਂ ਦੇਖੋ ਤੜਕਣ ਲੱਗ ਗਈ ਹੁਣ ਇਹਨੂੰ ਚੱਕਣਾ ਜੀ ਆਪਾਂ, ਤਾਂ ਇਹਨੂੰ ਭਾਂਡੇ ਦੇ ਵਿੱਚ ਉਸੇ 'ਚ ਹੀ ਕੱਢ ਲੈਣਾ ਤਾਂ ਕਿ ਇਹ ਥੋੜ੍ਹੀ ਜਿਹੀ ਠੰਡੀ ਹੋ ਜਾਵੇ ਇਹਦੇ ਵਿੱਚ। ਆਹ ਲਓ ਜੀ ਤੁਸੀਂ ਆਪਾਂ ਇਹ ਵੀ ਕੱਢ ਲਿਆ, ਅਤੇ ਹੁਣ ਕੀ ਕਰਨਾ ਜੀ ਆਪਾਂ ਇੱਕ ਕੱਪ ਚੱਕ ਕੇ ਓਟਸ ਦਾ ਲੈ ਲੈਣਾ, ਯਾਨੀ ਕਿ ਦੋ ਕੁ ਕੱਪ ਬਣ ਗਏ ਉਹ ਡਰਾਈ ਫਰੂਟਾਂ ਦੇ, ਅਤੇ ਇੱਕ ਕੱਪ ਆਪਾਂ ਓਟਸ ਲੈ ਲੈਣਾ, ਠੀਕ ਹੈ ਜੀ। ਓਟਸ ਦੇ ਵਿੱਚ ਫਾਈਬਰ ਬਹੁਤ ਹੁੰਦਾ ਜੀ, ਓਟਸ ਬਹੁਤ ਚੰਗੇ ਹੁੰਦੇ ਆ ਸਰੀਰ ਵਾਸਤੇ, ਡਾਈਟ ਵਾਸਤੇ ਓਟਸ ਬਹੁਤ ਚੰਗੇ ਨੇ। ਆਹ ਦੇਖੋ ਜੀ ਤੁਸੀਂ ਆਪਾਂ ਹੁਣ ਇਹਨਾਂ ਨੂੰ ਥੋੜ੍ਹਾ ਜਿਹਾ ਰੋਸਟ ਕਰ ਲੈਣਾ, ਭੁੰਨ ਲੈਣਾ ਹੈ ਜੀ। ਤੁਸੀਂ ਆਪਣੀ ਵੀਡੀਓ ਕਿੱਥੋਂ ਕਿੱਥੋਂ ਦੇਖ ਰਹੇ ਹੋ ਜ਼ਰੂਰ ਦੱਸਣਾ, ਪਲੀਜ਼ ਲਾਈਕ ਕਮੈਂਟ ਸ਼ੇਅਰ ਕਰੋ, ਮੇਰੀਆਂ ਵੀਡੀਓ ਤੁਹਾਨੂੰ ਕਿਵੇਂ ਲੱਗਦੀਆਂ ਤੁਸੀਂ ਇਹ ਵੀ ਜ਼ਰੂਰ ਦੱਸਿਆ ਕਰੋ ਜੀ, ਠੀਕ ਹੈ ਜੀ। ਆਹ ਲਓ ਜੀ ਆਪਾਂ ਚੱਕਿਆ ਅਤੇ ਇਹਨੂੰ ਥੋੜ੍ਹਾ ਜਿਹਾ ਭੁੰਨ ਲਿਆ। ਮੇਰੀ ਕੀ ਆਦਤ ਹੈ, ਮੈਂ ਤੁਹਾਨੂੰ ਘਰੇ ਬਣਾਉਣੀਆਂ ਚੀਜ਼ਾਂ ਸਾਰੀਆਂ ਸਿਖਾਉਣੀਆਂ, ਮੈਨੂੰ ਇਹ ਰਹਿੰਦਾ ਵੀ ਇਹ ਘਰੇ ਬਣਾਉਣ ਤਾਂ ਸ਼ੁੱਧ ਬਣਾਉਣ, ਘਰੇ ਚੀਜ਼ਾਂ ਬਣਦੀਆਂ, ਆਪਾਂ ਨੂੰ ਪਤਾ ਵੀ ਇਹਦੇ ਵਿੱਚ ਕੈਮੀਕਲ ਨਹੀਂ ਹੈਗਾ, ਕੋਈ ਸਟੀਰਾਇਡ ਚੀਜ਼ ਨਹੀਂ ਹੈਗੀ ਇਹਦੇ ਵਿੱਚ, ਹੈ ਨਾ। ਅਤੇ ਮੈਨੂੰ ਇਹ ਰਹਿੰਦਾ ਵੀ ਮੈਂ ਹਰੇਕ ਚੀਜ਼ ਇਹਨਾਂ ਨੂੰ ਘਰੇ ਕੁੜੀਆਂ ਨੂੰ ਬਣਾਉਣੀ ਦੱਸਾਂ, ਅਤੇ ਆਪਦੇ ਬੱਚਿਆਂ ਨੂੰ ਵੀ ਖਵਾਉਣ, ਵੀਰਾਂ ਨੂੰ ਖਵਾਉਣ, ਅਤੇ ਇਹਨਾਂ ਚੀਜ਼ਾਂ ਦਾ ਤੁਸੀਂ ਭਾਈ ਲਾਹਾ ਖੱਟਿਆ ਕਰੋ। ਆਪਾਂ ਹੁਣ ਇਹਨੂੰ ਠੰਡਾ ਕਰਕੇ ਇਹਨੂੰ ਪਾ ਲਿਆ ਜੀ ਆਪਣੇ ਫਰਾਈ ਇਹਦੇ ਵਿੱਚ ਡੱਬੇ 'ਚ ਮਿਕਸੀ ਵਾਲੇ 'ਚ, ਠੀਕ ਹੈ ਜੀ। ਆਪਾਂ ਹੁਣ ਇਹਨੂੰ ਕਰ ਦੇਣਾ ਜੀ ਮਿਕਸ, ਮਿਕਸ ਕਰਕੇ ਇਹਦਾ ਪਾਊਡਰ ਬਣਾ ਲੈਣਾ, ਸਾਰੀਆਂ ਚੀਜ਼ਾਂ ਦਾ ਪਾਊਡਰ ਬਣਾਉਣਾ ਹੈਗਾ। ਆਪਾਂ ਪਹਿਲਾਂ ਓਟਸ ਮਿਕਸ ਕੀਤੇ ਆ ਜੀ, ਇਹਨਾਂ ਦਾ ਪਾਊਡਰ ਬਣਾ ਲਿਆ, ਦੇਖੋ ਤੁਸੀਂ ਕਿੱਡਾ ਵਧੀਆ ਇਹਦਾ ਪਾਊਡਰ ਤਿਆਰ ਹੋ ਗਿਆ, ਅਤੇ ਇਹਨੂੰ ਤੁਸੀਂ ਕੱਢ ਲਓ ਜੀ ਡੋਂਗੇ ਦੇ ਵਿੱਚ, ਠੀਕ ਹੈ ਜੀ। ਫਿਰ ਆਪਾਂ ਰਲਾਉਣਾ ਵੀ ਹੈਗਾ ਨਾ ਇਹਨੂੰ ਤਿਆਰ ਕਰਕੇ, ਉਹ ਚੀਜ਼ ਦਾ ਤੁਸੀਂ ਧਿਆਨ ਰੱਖਿਓ। ਆਪਾਂ ਇਹਨੂੰ ਸਾਰਾ ਕੁਛ ਵਧੀਆ ਰਗੜ ਕੇ ਤਿਆਰ ਕਰਕੇ ਇਹਨੂੰ ਆਪਾਂ ਰਲਾਉਣਾ ਹੈ ਜੀ, ਸਾਰਾ ਇਕੱਠਾ ਕਰਨਾ। ਹੁਣ ਆਪਾਂ ਕੀ ਕਰਨਾ ਜੀ, ਇਹਨਾਂ ਨੂੰ ਪੀਸ ਲੈਣਾ ਹੈਗਾ, ਇਹਨਾਂ ਨੂੰ ਆਪਾਂ ਦੋ ਹਿੱਸੇ ਕਰ ਲੈਣੇ ਜੀ ਇਹਦੇ, ਕਿਉਂਕਿ ਛੋਟਾ ਨਾ ਇਹ, ਫਿਰ ਇਹ ਵਧੀਆ ਨਹੀਂ ਤਾਂ ਰਗੜਿਆ ਨਹੀਂ ਜਾਣਾ। ਆਹ ਦੇਖੋ ਤੁਸੀਂ ਰਗੜ ਕੇ ਕਿੱਡਾ ਵਧੀਆ ਬਣ ਗਿਆ ਇਹ, ਐਡਾ ਵਧੀਆ ਤਿਆਰ ਹੋਇਆ ਹੈਗਾ, ਬਹੁਤ ਹੀ ਵਧੀਆ। ਅਤੇ ਇਹ ਪੀਣ ਦੇ ਵਿੱਚ ਟੇਸਟੀ ਵੀ ਬੜਾ ਜੀ, ਬਹੁਤ ਟੇਸਟੀ ਹੁੰਦਾ ਪੀਣ ਦੇ ਵਿੱਚ, ਕਿਉਂਕਿ ਮੈਂ ਘਰੇ ਤਿਆਰ ਕਰਕੇ ਰੱਖਦੀ ਹਾਂ, ਮੈਨੂੰ ਤਾਂ ਪਤਾ ਹੈ। ਅਤੇ ਵੀ ਆਪਾਂ ਨੂੰ ਇਹ ਚੀਜ਼ਾਂ ਜਦੋਂ ਆਪਾਂ ਘਰੇ ਤਿਆਰ ਕਰ ਲੈਂਦੇ ਹਾਂ ਨਾ, ਤਾਂ ਫਿਰ ਆਪਾਂ ਨੂੰ ਪਤਾ ਲੱਗਣ ਲੱਗ ਜਾਂਦਾ ਵੀ ਕਿਹੜੀ ਚੀਜ਼ ਦਾ ਕੀ ਰਿਜ਼ਲਟ ਆ, ਹੈ ਨਾ। ਆਪਾਂ ਰਿਜ਼ਲਟ ਦੇਖ ਕੇ ਹੀ ਦੱਸੀਦਾ ਜੀ, ਐਵੇਂ ਕਿਸੇ ਨੂੰ ਦੱਸਿਆ ਨਹੀਂ ਗਾ ਕਦੇ। ਆਹ ਦੇਖੋ ਜੀ ਜਿਹੜਾ ਰਹਿੰਦਾ ਸੀ ਆਪਾਂ ਉਹ ਵੀ ਰਗੜ ਲਿਆ, ਹੁਣ ਚੱਕ ਕੇ ਆਪਾਂ ਇਹਨੂੰ ਕਰ ਦੇਣਾ ਜੀ ਮਿਕਸ। ਆਹ ਦੇਖੋ ਤੁਸੀਂ ਹੁਣ ਆਪਾਂ ਇਹਨੂੰ ਚੱਕ ਕੇ ਵਧੀਆ ਮਿਕਸ ਕਰ ਦੇਣਾ, ਮਿਕਸ ਕਰਕੇ ਆਪਾਂ ਇਹਨੂੰ ਫਿਰ ਕਿਸੇ ਏਅਰ ਟਾਈਟ ਡੱਬੇ ਦੇ ਵਿੱਚ ਪਾ ਕੇ ਰੱਖਾਂਗੇ ਜੀ। ਹੁਣ ਆਪਾਂ ਇਹਦੇ ਵਿੱਚ ਕੀ ਪਾਉਣਾ ਹੈਗਾ ਜੀ, ਚੋਕਲੇਟ ਪਾਊਡਰ, ਚੋਕਲੇਟ ਪਾਊਡਰ ਪਾ ਦਿਓ ਜੀ ਥੋੜ੍ਹਾ ਜਿਹਾ ਤੁਸੀਂ। ਇਹਦੇ ਨਾਲ ਕੀ ਹੈ ਨਾ, ਫਲੇਵਰ ਬਣ ਜੂਗਾ, ਨਾਲੇ ਟੇਸਟ ਬਣ ਜੂਗਾ, ਨਾਲੇ ਬੱਚੇ ਇਸ ਚੀਜ਼ ਨੂੰ ਚਾਹੁੰਦੇ ਆ। ਇੱਕ ਵੱਡਾ ਚਮਚਾ ਭਰ ਕੇ ਤੁਸੀਂ ਟੀਸੀ ਲਾ ਕੇ ਅਤੇ ਇਹਦੇ ਵਿੱਚ ਚੋਕਲੇਟ ਪਾਊਡਰ ਪਾ ਦਿਓ ਜੀ, ਬਹੁਤ ਹੀ ਵਧੀਆ ਇਹਦਾ ਟੇਸਟ ਬਣਨਾ। ਤੁਸੀਂ ਜਦੋਂ ਦੁੱਧ ਗਰਮ ਕਰਕੇ ਆਪਦਾ ਕੋਸਾ ਕਰਕੇ ਬਣਾ ਕੇ ਤੁਸੀਂ ਪੀਓਗੇ, ਦੇਖੋ ਤੁਹਾਨੂੰ ਕਿੰਨਾ ਸਵਾਦ ਆਉਂਦਾ ਇਹਦਾ ਦੁੱਧ ਪੀਣ ਦਾ, ਅਤੇ ਕਿੰਨਾ ਇਹ ਟੇਸਟੀ ਚੀਜ਼ ਹੈ, ਅਤੇ ਕਿਵੇਂ ਰੰਗਤ ਦਿੰਦਾ, ਕਿਵੇਂ ਆਪਾਂ ਨੂੰ ਤੰਦਰੁਸਤੀ ਦਿੰਦਾ ਹੈਗਾ। ਆਹ ਲਓ ਜੀ ਤੁਸੀਂ ਆਪਾਂ ਕੱਢ ਲਿਆ ਜੀ ਡੱਬੇ ਦੇ ਵਿੱਚ, ਆਪਣੇ ਕੋਲ ਸੀਗਾ ਇੱਕ ਕੱਚ ਦਾ, ਤੁਸੀਂ ਕਿਸੇ ਵੀ ਬਰਤਨ ਦੇ ਵਿੱਚ ਕੱਢ ਸਕਦੇ ਹੋ ਜੀ। ਤੁਸੀਂ ਐਂ ਕੀ ਕਰਨਾ, ਅਗਰ ਕਿਸੇ ਸਿਆਣੇ ਨੇ ਲੈਣਾ ਤਾਂ ਇੰਨਾ ਪਾ ਕੇ ਦਿਆ ਕਰੋ, ਅਗਰ ਕਿਸੇ ਬੱਚੇ ਨੇ ਪੀਣਾ ਤਾਂ ਉਹਨੂੰ ਥੋੜ੍ਹਾ ਪਾ ਦਿਆ ਕਰੋ ਜੀ, ਠੀਕ ਹੈ ਜੀ। ਆਪਾਂ ਹੁਣ ਕੱਢ ਲਿਆ ਜੀ ਇਹਦੇ ਵਿੱਚ ਆਹ ਕੰਚ ਦੇ ਮਟਕੇ ਜੇ ਦੇ ਵਿੱਚ ਕੱਢ ਲੈਣਾ ਹੈਗਾ, ਅਤੇ ਆਹ ਦੇਖੋ ਤੁਸੀਂ ਇਹਨੂੰ ਆਪਾਂ ਸਾਂਭ ਦਿਆਂਗੇ ਹੁਣ ਇਹਦੇ 'ਚ ਕੱਢ ਕੇ, ਏਅਰ ਟਾਈਟ ਕਰ ਦਿਆਂਗੇ ਜੀ, ਉੱਤੇ ਢੱਕਣ ਲਾ ਦਿਆਂਗੇ ਇਹਦਾ, ਅਤੇ ਵਧੀਆ ਇਹ ਪਿਆਰ ਹੋਊਗਾ। ਅਤੇ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ, ਉਹ ਡੁੱਲੀ ਗਿਆ ਥੋੜ੍ਹਾ ਜਿਹਾ, ਚੱਲ ਕੋਈ ਨਹੀਂ। ਆਹ ਦੇਖੋ ਜੀ ਆਪਾਂ ਭਰ ਲਿਆ ਇਹਨੂੰ, ਅਤੇ ਵੀਡੀਓ ਮੇਰੀ ਤੁਹਾਨੂੰ ਕਿਵੇਂ ਲੱਗੀ ਮੈਨੂੰ ਪਲੀਜ਼ ਦੱਸਣਾ ਜ਼ਰੂਰ, ਹੈ ਨਾ। ਅੱਗੇ ਆਪਾਂ ਹੋਰ ਵੀ ਵਧੀਆ ਤੋਂ ਵਧੀਆ ਤੁਹਾਡੀ ਖਾਤਰ ਚੀਜ਼ਾਂ ਲੈ ਕੇ ਆਈਏ। ਆਹ ਚੱਕੋ ਜੀ ਤੁਸੀਂ, ਆਪਾਂ ਪਾ ਲਿਆ ਜੀ ਇਹਦੇ ਵਿੱਚ ਜੱਗ ਦੇ ਵਿੱਚ ਦੁੱਧ, ਅਤੇ ਹੁਣ ਤੁਹਾਨੂੰ ਮੈਂ ਦੱਸਦੀ ਹਾਂ ਵੀ ਕਿੰਨਾ ਕੁ ਪਾਉਣਾ ਹੈਗਾ। ਤੁਸੀਂ ਲਓ ਜੀ ਆਹ ਪਾ ਲਿਆ ਜੀ ਇਹਦੇ ਵਿੱਚ ਆਪਾਂ ਇੱਕ ਚਮਚਾ ਪਾਊਡਰ ਦਾ,
ਪਾਊਡਰ ਦਾ ਚਮਚਾ ਪਾ ਕੇ ਅਤੇ ਆਪਾਂ ਇਹਨੂੰ ਕਰ ਲਿਆ ਜੀ ਤਿਆਰ। ਤਿਆਰ ਕਰਕੇ ਆਪਾਂ ਭਰ ਲਿਆ ਜੀ ਗਲਾਸ। ਆਹ ਦੇਖੋ ਜੀ ਤੁਸੀਂ ਗਲਾਸ ਭਰ ਕੇ ਅਤੇ ਆਪਾਂ ਹੁਣ ਇਹਨੂੰ ਲੈਣਾ ਜੀ ਪੀ ਪੀ ਕੇ ਅਤੇ ਫਿਰ ਤੁਹਾਨੂੰ ਦੱਸਦੇ ਵੀ ਕਿੰਨਾ ਵਧੀਆ ਬਣਦਾ ਹੈਗਾ ਇਹ। ਆਹ ਦੇਖੋ ਤੁਸੀਂ ਕਿੱਡਾ ਸੋਹਣਾ ਰੰਗ ਹੀ ਬਹੁਤ ਸੋਹਣਾ ਬਣਿਆ ਜੀ ਇਹਦਾ, ਅਤੇ ਪੀਤੇ ਬਾਅਦ ਤਾਂ ਫਿਰ ਹੋਰ ਵੀ ਨਜ਼ਾਰੇ ਆ। ਚਲੋ ਠੀਕ ਹੈ ਜੀ, ਵੀਡੀਓ ਨੂੰ ਕਰ ਦਿਓ ਦੱਬ ਕੇ ਸ਼ੇਅਰ। ਓਕੇ, ਧੰਨਵਾਦ ਜੀ।